ਦੋਸਤੋ ਤੁਹਾਨੂੰ ਪਤਾ ਵਾ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਕਿਦੋਂ ਜਿੱਤਿਆ ਸੀ ਕਿਹੜੀ ਟੀਮ ਦੇ ਖਿਲਾਫ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਜਿੱਤਿਆ ਸੀ ਅਗਰ ਤੁਹਾਨੂੰ ਨਹੀਂ ਪਤਾ ਅਜਾ ਚਲੋ ਮੈਂ ਤੁਹਾਨੂੰ ਦੱਸਦਾ ਜਾਂਦਾ ਵਾ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਵਰਲਡ ਕੱਪ 2023 ਦੇ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਆਖਰੀ T20 ਮੈਚ ਜਿੱਤਿਆ ਸੀ ਹਰਾਨਗੀ ਦੀ ਗੱਲ ਇਹ ਆ ਕਿ 2024 ਦੇ ਵਿੱਚ ਵੀ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਜਿਹੜਾ ਪਹਿਲਾ ਇੰਟਰਨੈਸ਼ਨਲ ਮੈਚ ਜਿੱਤਿਆ ਵਾ ਉਹ ਨਿਊਜ਼ੀਲੈਂਡ ਦੀ ਟੀਮ ਦੇ ਖਿਲਾਫ ਹੀ ਜਿੱਤੀ ਆਵਾ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਨਿਊਜ਼ੀਲੈਂਡ ਦੇ ਖਿਲਾਫ ਲਗਾਤਾਰ 4 ਮੈਚ ਹਾਰ ਗਈ ਸੀ ਲੇਕਿਨ ਉਹਨੇ ਸੀਰੀਜ਼ ਦਾ ਆਖਰੀ ਮੈਚ ਨਿਊਜ਼ੀਲੈਂਡ ਦੇ ਖਿਲਾਫ ਪਾਕਿਸਤਾਨ ਕ੍ਰਿਕਟ ਟੀਮ ਨੇ ਜਿੱਤ ਲਿਆ ਵਾ ਪੂਰੀ ਸੀਰੀਜ਼ ਦੇ ਹਵਾਲੇ ਨਾਲ ਗੱਲ ਕਰੀਏ ਤੇ ਪਾਕਿਸਤਾਨ ਕ੍ਰਿਕਟ ਟੀਮ ਦੀ ਇਹ ਸੀਰੀਜ਼ ਦੇ ਵਿੱਚ ਬਹੁਤ ਬੁਰੀ ਪਰਫਾਰਮੈਂਸ ਰਹੀ ਆ ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਕੈਪਟਨ ਸ਼ਹੀਨ ਸ਼ਾਹ ਅਫਰੀਦੀ ਦੇ ਉੱਤੇ ਵੀ ਸਵਾਲਾਂ ਉੱਠਣ ਲੱਗ ਗਏ ਆ ਕੋਮੀ ਕ੍ਰਿਕਟ ਟੀਮ ਦੀ ਮੈਨੇਜਮੈਂਟ ਦੇ ਉੱਤੇ ਵੀ ਸਵਾਲਾਤ ਕਾਫੀ ਜ਼ਿਆਦਾ ਉੱਠਣ ਲੱਗ ਗਏ ਆ ਜ਼ਕਾ ਅਸ਼ਰਫ ਜਿਹੜੇ ਆ ਪਾਕਿਸਤਾਨ ਕ੍ਰਿਕਟ ਟੀਮ ਦੇ ਚੇਅਰਮੈਨ ਸੀ ਉਹਨਾਂ ਦੇ ਉੱਤੇ ਵੀ ਸਵਾਲਾਤ ਉੱਠਣ ਲੱਗ ਗਏ ਲੇਕਿਨ ਦੋਸਤੋ ਜ਼ਕਾ ਅਸ਼ਰਫ ਜਿਹੜੇ ਆ ਉਹਨਾਂ ਨੇ ਕੌਮੀ ਕ੍ਰਿਕਟ ਟੀਮ ਦੀ ਚੇਅਰਮੈਨਸ਼ਿਪ ਤੋਂ ਅਸਤੀਫਾ ਦੇ ਦਿੱਤਾ ਵਾ ਜ਼ਕਾ ਅਸ਼ਰਫ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ ਚੇਅਰਮੈਨ ਨਹੀਂ ਰਹੇ ਕਿਉਂਕਿ ਜਿੰਨੀ ਦੇਰ ਤੱਕ ਜ਼ਕਾ ਅਸ਼ਰਫ ਪਾਕਿਸਤਾਨ ਕ੍ਰਿਕਟ ਟੀਮ ਦੇ ਚੇਅਰਮੈਨ ਸੀ ਜ਼ਕਾ ਅਸ਼ਰਫ ਦੀ ਚੇਅਰਮੈਨਸ਼ਿਪ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਜਿੱਥੇ ਵੀ ਗਈ ਆ ਹਾਰ ਕੇ ਹੀ ਆਈ ਆ ਪਾਕਿਸਤਾਨ ਕ੍ਰਿਕਟ ਟੀਮ ਨੇ T20 ਮੈਚਾਂ ਦੀ ਸੀਰੀਜ਼ ਖੇਲੀ ਆ ਇਹਦੇ ਵਿੱਚ ਵੀ ਇਹ ਸੀਰੀਜ਼ ਹਾਰੀ ਆ ਟੈਸਟ ਸੀਰੀਜ਼ ਖੇਲੀ ਆ ਟੈਸਟ ਸੀਰੀਜ਼ ਵੀ ਪਾਕਿਸਤਾਨ ਹਾਰ ਕੇ ਆਈ ਆ ਪਾਕਿਸਤਾਨ ਕ੍ਰਿਕਟ ਟੀਮ ਨੇ ODI ਕ੍ਰਿਕਟ ਦਾ ਵਰਲਡ ਕੱਪ ਖੇਲੇ ਆ ਵਾ 2023 ਵਿੱਚ ਉਹ ਵੀ ਪਾਕਿਸਤਾਨ ਕ੍ਰਿਕਟ ਟੀਮ ਹਾਰ ਗਈ ਆ ਹੱਤਾ ਕਿ ਏਸ਼ੀਆ ਕੱਪ ਦੇ ਵਿੱਚ ਵੀ ਪਾਕਿਸਤਾਨ ਕ੍ਰਿਕਟ ਟੀਮ ਹਾਰ ਗਈ ਸੀ ਇਸ ਇਲਾਵਾ ਪਾਕਿਸਤਾਨ ਅੰਡਰ 19 ਜਿਹੜੀ ਕ੍ਰਿਕਟ ਟੀਮ ਆ ਉਹ ਵੀ ਹਾਰ ਕੇ ਹੀ ਆਈ ਆ ਹੁਣ ਜ਼ਕਾ ਅਸ਼ਰਫ ਤੇ ਪਾਕਿਸਤਾਨ ਕ੍ਰਿਕਟ ਟੀਮ ਦੀ ਚੇਅਰਮੈਨਸ਼ਿਪ ਤੋਂ ਅਲੈਦਾ ਹੋ ਗਏ ਆ ਹੁਣ ਦੇਖਦੇ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਦੀ ਪਰਫਾਰਮੈਂਸ ਕਿੱਦਾਂ ਦੀ ਹੁੰਦੀ ਆ ਖੈਰ ਪਾਕਿਸਤਾਨ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਆਖਰੀ T20 ਮੈਚ ਜਿਹੜਾ ਵਾ ਉਹ ਜਿੱਤ ਲਿਆ ਵਾ ਲੇਕਿਨ ਦੋਸਤੋ ਫੇਰ ਵੀ ਪਾਕਿਸਤਾਨ ਕ੍ਰਿਕਟ ਟੀਮ ਦੀ ਓਵਰਆਲ ਦੇਖਿਆ ਜਾਵੇ ਤੇ ਪਰਫਾਰਮੈਂਸ ਜਿਹੜੀ ਆ ਨਿਊਜ਼ੀਲੈਂਡ ਦੇ ਵਿੱਚ ਬਹੁਤ ਖਰਾਬ ਸੀ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਖਿਲਾਫ ਵੀ ਪਾਕਿਸਤਾਨ ਕ੍ਰਿਕਟ ਟੀਮ ਨੇ ਟੈਸਟ ਸੀਰੀਜ਼ ਖੇਲੀ ਆ ਉਹਦੇ ਵਿੱਚ ਵੀ ਪਾਕਿਸਤਾਨ ਕ੍ਰਿਕਟ ਟੀਮ ਦੀ ਪਰਫਾਰਮੈਂਸ ਠੀਕ ਨਹੀਂ ਸੀ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਨੇ ਤਿੰਨ ਮੈਚ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵੀ ਹਾਰੇ ਸੀ ਲੇਕਿਨ ਦੋਸਤੋ ਨਿਊਜ਼ੀਲੈਂਡ ਦੇ ਖਿਲਾਫ ਇਹ T20 ਸੀਰੀਜ਼ ਦੀ ਗੱਲ ਕਰੀਏ ਤੇ ਪਾਕਿਸਤਾਨ ਕ੍ਰਿਕਟ ਟੀਮ ਦੀ ਓਵਰਆਲ ਜਿਹੜੀ ਪਰਫਾਰਮੈਂਸ ਸੀ ਉਹ ਵੱਧ ਤੋਂ ਵੱਧ ਹਈ ਸੀ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਦੀ ਨਿਊਜ਼ੀਲੈਂਡ ਦੇ ਖਿਲਾਫ ਜਿਹੜੀ ਹੈ T20 ਸੀਰੀਜ਼ ਦੇ ਵਿੱਚ ਸਿਰਫ ਪੰਜ ਖਿਡਾਰੀ ਇਦਾਂ ਦੇ ਸੀ ਕਿ ਜਿਹੜੀ ਇਹ ਸੀਰੀਜ਼ ਦੇ ਦੌਰਾਨ ਲਗਾਤਾਰ ਪੰਜ ਮੈਚਾਂ ਦੇ ਵਿੱਚ ਖੇលਦੇ ਰਹੇ ਬਾਕੀ ਸਾਰੇ ਖਿਡਾਰੀ ਅਦਲ ਬਦਲੀ ਹੁੰਦੇ ਰਹੇ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਬਾਬਰ ਆਜ਼ਮ ਮੁਹੰਮਦ ਰਜ਼ਵਾਨ ਇਫਤਖਾਰ ਅਹਿਮਦ ਫਕਰ ਜ਼ਮਾਨ ਤੇ ਸ਼ਹੀਨ ਸ਼ਾ ਅਫਰੀਦੀ ਇਹੀ ਪੰਜ ਖਿਡਾਰੀ ਸੀ ਜਿਹੜੀ ਇਹ T20 ਮੈਚਾਂ ਦੀ ਪੰਜ ਸੀਰੀਜ਼ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਨਾਲ ਰਗਾਤਾਰ ਖੇលਦੇ ਰਹੇ ਲੇਕਿਨ ਬਾਕੀ ਜਿੰਨੇ ਵੀ ਖਿਡਾਰੀ ਨਵੇਂ ਜਿਹੜੇ ਸੀ ਉਹਨਾਂ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਮੌਕਾ ਤੇ ਦਿੱਤਾ ਗਿਆ ਲੇਕਿਨ ਉਹਨਾਂ ਨੇ ਮਯੂਸ ਕੀਤਾ ਪਾਕਿਸਤਾਨ ਕ੍ਰਿਕਟ ਟੀਮ ਦੇ ਨੌਜਵਾਨ ਬੈਟਸਮੈਨ ਸਾਇਮ ਯੂਬ ਉਨ੍ਹਾਂ ਨੂੰ ਵੀ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ T20 ਸੀਰੀਜ਼ ਵਾਸਤੇ ਮੌਕਾ ਦਿੱਤਾ ਗਿਆ ਸੀ। ਉਹਨਾਂ ਨੂੰ 4 ਮੈਚ ਖਿਲਾਏ ਸੀ, ਲੇਕਿਨ ਸਾਇਮ ਯੂਬ ਇੱਕ ਟੈਲੈਂਟਡ ਤੇ ਪਲੇਅਰ ਆ, ਲੇਕਿਨ ਯਾਰ ਉਹ T20 ਸੀਰੀਜ਼ ਦੇ ਵਿੱਚ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਪਏ। ਸ਼ੇਨ ਸ਼ਾਫਰੀਦੀ ਨੇ ਆਖਰੀ T20 ਮੈਚ ਦੇ ਵਿੱਚ ਸਾਇਮ ਯੂਬ ਨੂੰ ਮੌਕਾ ਨਹੀਂ ਦਿੱਤਾ। ਉਹਦੀ ਜਗ੍ਹਾ ਤੇ ਉਹਨਾਂ ਨੇ ਹਸੀਬੁੱਲਾ ਨੂੰ ਮੌਕਾ ਦਿੱਤਾ, ਲੇਕਿਨ ਡੈਬਿਊ ਕਰਨ ਵਾਲੇ ਹਸੀਬੁੱਲਾ ਨੇ ਵੀ ਮਜੂਜ਼ ਕੀਤਾ। ਹਸੀਬੁੱਲਾ ਨੂੰ ਇਹ ਓਪਰਚ्युनिटी ਤੇ ਮਿਲੀ ਸੀ ਕਿ ਉਹ ਅੱਛਾ ਪਰਫਾਰਮ ਕਰ ਦੇ। ਲੇਕਿਨ ਇਹ T20 ਮੈਚ ਦੇ ਵਿੱਚ ਉਹ ਪਰਫਾਰਮ ਸਹੀ ਤਰ੍ਹਾਂ ਨਹੀਂ ਕਰ ਸਕੇ ਆਜ਼ਮ ਖਾਨ ਜਿਹੜੇ ਕਿ ਆਪਣੇ ਆਪ ਨੂੰ ਚੈਂਪੀਅਨ ਪਲੇਅਰ ਕਹਿੰਦੇ ਸੀ T20 ਮੈਚਾਂ ਦੀ ਇਸ ਸੀਰੀਜ਼ ਦੇ ਵਿੱਚ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਪਏ ਉਹਨਾਂ ਨੇ ਵੀ ਕਾਫੀ ਜ਼ਿਆਦਾ ਮਾਇੂਸ ਕੀਤਾ ਸੀ ਇਸੇ ਤਰ੍ਹਾਂ ਦੋਸਤੋ ਵਸੀਮ ਜੂਨੀਅਰ ਆਮਰ ਜਮਾਲ ਹੋਰ ਇਸ ਤਰ੍ਹਾਂ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਲੇਕਿਨ ਉਹ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਪਏ ਪਾਕਿਸਤਾਨ ਕ੍ਰਿਕਟ ਟੀਮ ਦੇ ਸਿਰਫ ਉਹੀ ਪੰਜ ਖਿਡਾਰੀ ਲਗਾਤਾਰ T20 ਮੈਚਾਂ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਬਕਾਇਦਗੀ ਦੇ ਨਾਲ ਖੇਡਦੇ ਰਹੇ ਲੇਕਿਨ ਬਾਕੀ ਜਿਨਨੇ ਵੀ ਨੌਜਵਾਨ ਪਲੇਅਰਾਂ ਨੂੰ ਮੌਕਾ ਦਿੱਤਾ ਉਹਨਾਂ ਨੇ ਮਜੂਰ ਸੀ ਕੀਤਾ ਵਾ ਇਸ T20 ਮੈਚਾਂ ਦੀ ਸੀਰੀਜ਼ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਇਹ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਨੂੰ ਜਦੋਂ ਵੀ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਮੌਕਾ ਦਿੱਤਾ ਗਿਆ ਇਹਨਾਂ ਨੇ ਮਜੂਰ ਸੀ ਕੀਤਾ ਵਾ ਇਹਨਾਂ ਦੀ ਕਾਰਗਰਦਗੀ ਜਿਹੜੀ ਬੇਤਰ ਨਹੀਂ ਹੋ ਰਹੀ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਤੇ ਇਹ ਖਿਡਾਰੀ ਅੱਛਾ ਪਰਫਾਰਮ ਕਰਦੇ ਰਹੇ ਲੇਕਿਨ ਪਾਕਿਸਤਾਨ ਕ੍ਰਿਕਟ ਟੀਮ ਵਾਸਤੇ ਜਦੋਂ ਇੰਟਰਨੈਸ਼ਨਲ ਮੈਚ ਖੇਲਣ ਵਾਸਤੇ ਗਏ ਤੇ ਉਹਨਾਂ ਵਿੱਚ ਉਹਨਾਂ ਨੇ ਕੋਈ ਸਹੀ ਪਰਫਾਰਮ ਨਹੀਂ ਕੀਤਾ ਇੰਨਾ ਨੇ ਹਮੇਸ਼ਾ ਮਜੂਰ ਸੀ ਕੀਤਾ ਵਾ ਪਤਾ ਨਹੀਂ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਟੈਲੈਂਟ ਦੀ ਕਮੀ ਆ ਗਈ ਆ ਜਿਹੜੀ ਕਿ وجہ ਤੋਂ ਇਹ ਸਹੀ ਤਰ੍ਹਾਂ ਪਰਫਾਰਮ ਨਹੀਂ ਕਰ ਪਾ ਰਹੇ ਦੋਸਤੋ ਨਿਊਜ਼ੀਲੈਂਡ ਦੇ ਖਿਲਾਫ ਪਾਕਿਸਤਾਨ ਕ੍ਰਿਕਟ ਟੀਮ ਨੇ ਜਿਹੜਾ ਆਪਣਾ ਆਖਰੀ T20 ਮੈਚ ਜਿੱਤਿਆ ਵਾ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ 134 ਸਕੋਰ ਬਣਾਏ ਸੀ ਪਾਕਿਸਤਾਨ ਕ੍ਰਿਕਟ ਟੀਮ ਦੇ 8 ਖਿਡਾਰੀ ਆਊਟ ਹੋਏ ਸੀ ਲੇਕਿਨ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਜਿਹੜੀ ਆ ਸਿਰਫ 91 ਸਕੋਰ ਬਣਾ ਸਕੀ ਇਸ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਇਹ T20 ਮੈਚ ਜਿੱਤ ਗਈ ਸੀ ਇਸ T20 ਮੈਚ ਦੇ ਵਿੱਚ ਇਫਤਖਾਰ احمد ਜਿਹੜੇ ਸੀ ਉਹਨਾਂ ਦੀ ਸ਼ਾਨਦਾਰ ਬੋਲਿੰਗ ਦੀ ਵਜ੍ਹਾ ਤੋਂ ਪਾਕਿਸਤਾਨ ਕ੍ਰਿਕਟ ਟੀਮ ਨੇ ਮੈਚ ਜਿੱਤ ਲਿਆ ਸੀ ਖੈਰ ਦੇਖਿਆ ਜਾਵੇ ਤੇ ਓਵਰਲ ਅੱਛੀ ਬੋਲਿੰਗ ਕੀਤੀ ਗਈ ਸੀ ਖੈਰ ਦੋਸਤੋ T20 ਮੈਚਾਂ ਦੀ ਇਸ ਸੀਰੀਜ਼ ਦੇ ਵਿੱਚ ਸ਼ਹੀਨ ਸ਼ਾਹ ਅਫਰੀਦੀ ਨੂੰ ਪਹਿਲੀ ਕਾਮਯਾਬੀ ਮਿਲੀ ਆ ਸ਼ਹੀਨ ਸ਼ਾਹ ਅਫਰੀਦੀ ਦੀ ਕਪਤਾਨੀ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਆਖਰੀ T20 ਮੈਚ ਨਿਊਜ਼ੀਲੈਂਡ ਦੇ ਖਿਲਾਫ ਜਿੱਤਿਆ ਜਿਹਦੀ ਵਜ੍ਹਾ ਤੋਂ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੀ ਥੋੜੀ ਬਹੁਤੀ ਇੱਜ਼ਤ ਬਚ ਗਈ ਆ ਇਫਤਖਾਰ احمد ਜਿਹੜੇ ਸੀ ਪਾਕਿਸਤਾਨ ਕ੍ਰਿਕਟ ਟੀਮ ਦੇ ਇੱਕ ਬੈਟਰ ਬੱਲੇਬਾਦ ਸੀ ਲੇਕਿਨ ਉਹਨਾਂ ਦਾ ਬੱਲਾ ਜਿਹੜਾ ਖਮੋਸ਼ ਹੀ ਰਿਹਾ ਖੈਰ ਉਹਨਾਂ ਨੇ ਬੋਲਿੰਗ ਦੇ ਵਿੱਚ ਤੇ ਅੱਛਾ ਪਰਫਾਰਮ ਕੀਤਾ ਵਾ ਲੇਕਿਨ ਇਹ ਸਵਾਲਾਤ ਵੀ ਉਠਣ ਲੱਗ ਗਏ ਆ ਕਿ ਸ਼ੇਨ 샤 ਫਰੀਦੀ ਨੇ ਇਫਤਖਾਰ ਅਹਿਮਦ ਦੇ ਕੋਲੋਂ ਬੋਲਿੰਗ ਕਿਉਂ ਨਹੀਂ ਕਰਵਾਈ ਖੈਰ ਦੋਸਤੋ ਕਾਫੀ ਜ਼ਿਆਦਾ ਸਵਾਲਾਤ ਉੱਠਦੇ ਆ ਖੈਰ ਓਵਰ ਆਲ ਦੇਖਿਆ ਜਾਵੇ ਤੇ T20 ਸੀਰੀਜ਼ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਬਹੁਤ ਜ਼ਿਆਦਾ ਮਾਯੂਸ ਕੀਤਾ ਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਜਿੰਨੇ ਵੀ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਵਾ ਉਹਨਾਂ ਨੇ ਸਹੀ ਤਰ੍ਹਾਂ ਪਰਫਾਰਮ ਹੀ ਨਹੀਂ ਕੀਤਾ ਖੈਰ ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਨਿਊਜ਼ੀਲੈਂਡ ਦੇ ਕੋਲੋਂ 4-1 ਤੋਂ ਹਾਰ ਕੇ ਆਈ ਆ ਇਹਨਾਂ T20 ਮੈਚਾਂ ਦੀ ਸੀਰੀਜ਼ ਦੇ ਬਾਰੇ ਤੁਸੀਂ ਕੀ ਕਹਿੰਦੇ ਆ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ